ਸੁਣੀਏ ਅੰਗ ਸੰ ਕਹਾਣੀ ਕਹਾਣੀਕਾਰ ਵਰਿਆਮ ਸਿੰਘ ਸੰਤੂ ਅੱਜ ਭੋਗ ਪੈ ਗਿਆ ਸੀ ਰਸਮ ਅਨਸਾਰ ਵੱਡੇ-ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬਣਾ ਗਏ ਸਨ ਸਾਰਾ ਪਰਿਵਾਰ ਹਨੇਰੀ ਰਾਤ ਦੇ ਵਿੱਚ ਬਾਹਰੋਂ ਆਪੋ ਆਪਣੀਆਂ ਮੰਝੀਆਂ ਤੇ ਲੇਟਿਆ ਹੋਇਆ ਸੀ ਇੱਕ ਚੁੱਪ ਹਨੇਰੇ ਵਾਤਾਵਰਨ ਵਿੱਚ ਤਣੀ ਹੋਈ ਸੀ ਉਹ ਜੋ ਜਾ ਚੁੱਕਾ ਸੀ ਅਜੇ ਵੀ ਮੁਸਕਰਾਉਂਦਾ ਹੱਸਦਾ ਗੁੱਸੇ ਹੁੰਦਾ ਰੋਂਦਾ ਮੱਜਾਂ ਚੋਂਦਾ ਪੱਠੇ ਕੁੱਤਰਦਾ ਡੰਗਰ ਖੋਲਦਾ ਬੰਦਾ ਉਹਨਾਂ ਨੂੰ ਪਾਣੀ ਪਿਉਂਦਾ ਹਲਵਾਉਂਦਾ ਜੀਆਂ ਨੂੰ ਬਰਚਾਉਂਦਾ ਮਾਰਦਾ ਕੁੱਟਦਾ ਵੱਖ-ਵੱਖ ਰੂਪਾਂ ਵਿੱਚ ਸਾਰੇ ਜੀਆਂ ਦੇ ਮੰਦਰ ਚੱਲਦੀ ਫਿਲਮ ਵਾਂਗ ਚਿਹਰੇ ਬਦਲ ਰਿਹਾ ਸੀ ਉਹ ਚੁੱਪ ਬੋਲਾਂ ਨਾਲ ਉਸ ਨਾਲ ਕੀਤੀਆਂ ਗੱਲਾਂ ਦੁਹਰਾ ਰਹੇ ਸਨ ਉਹਨਾਂ ਨੂੰ ਲੱਗਦਾ ਸੀ ਜਿਵੇਂ ਉਹ ਗਿਆ ਨਹੀਂ ਉਹਨਾਂ ਦੇ ਅੰਗ ਸਾਂਗੀ ਸੀ ਐਸੇ ਘਰ ਵਿੱਚ ਉਹਨਾਂ ਦੇ ਕੋਲ ਹੀ ਪਰੇ ਡੰਗਰਾਂ ਕੋਲ ਸੁੱਤਾ ਹੋਇਆ ਸ਼ਰਾਬ ਵਿੱਚ ਗੁੱਟ ਅਮਰੀਕ ਜੋ ਕਿ ਸਰਕਾਰੀ ਮੁਲਾਜ਼ਮ ਸੀ ਲੇਟਿਆ ਹੋਇਆ ਪਿਛਲੇ ਦਿਨਾਂ ਬਾਰੇ ਸੋਚ ਰਿਹਾ ਸੀ ਜਿਹੜੇ ਦਿਨ ਉਸਦੇ ਪਿਤਾ ਕਰਤਾਰ ਸਿੰਘ ਦੀ ਮੌਤ ਤੋਂ ਪਿੱਛੋਂ ਇੱਕ ਕਾਲੇ ਪਰਛਾਵੇਂ ਵਾਂਗ ਉਸਦੇ ਨਾਲ-ਨਾਲ ਤੁਰ ਰਹੇ ਸਨ ਇਨ੍ਹਾਂ ਦਿਨਾਂ ਵਿੱਚ ਉਹ ਆਪਣੀ ਉਮਰ ਨਾਲੋਂ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਨ ਲੱਗ ਪਿਆ ਸੀ ਜਿਵੇਂ ਕੋਲੇ ਵੈਕੜੇ ਨੂੰ ਹਲ ਹੀ ਜੋ ਦਿੱਤਾ ਹੋਵੇ ਉਸ ਨੂੰ ਤਾਂ ਅਜੇ ਤੱਕ ਇਸ ਦਾ ਚਿੱਤ ਚੇਤਾ ਵੀ ਨਹੀਂ ਸੀ ਉਸ ਨੂੰ ਤਾਂ ਛੋਟਾ ਮਹਿੰਦਰ ਲੈਣ ਗਿਆ ਸੀ ਤੇ ਉਸ ਤੋਂ ਹੀ ਪਤਾ ਲੱਗਾ ਸੀ ਕਿ ਕਰਤਾਰ ਸਿੰਘ ਨੂੰ ਖਬਰੇ ਰਾਤੀ ਬਹੁਤਾ ਨਸ਼ਾ ਪੀ ਲਿਆ ਜਾਂ ਖਬਰੇ ਵਾਹ ਵਜ ਗਈ ਸੀ ਸਵੇਰੇ ਜਦੋਂ ਚਾਹ ਬਣਾ ਕੇ ਡੰਗਰਾਂ ਕੋਲ ਸੁੱਤੇ ਅਮਰੀਕ ਨੂੰ ਅਮਰੀਕ ਦੀ ਮਾਂ ਜਗੀਰ ਉਸ ਨੂੰ ਜਗਾਉਣ ਗਈ ਤਾਂ बेहोश ਪਿਆ ਸੀ ਆਕਰੜਕਰੜਕਰੜ ਕਰ ਰਹੀ ਸੀ ਉਸ ਵੇਲੇ ਪਿੰਡ ਦਾ ਡਾਕਟਰ ਨੂੰ ਸੱਦਿਆ ਸੀ ਤੇ ਉਸ ਦੇ ਜਵਾਬ ਦੇਣ ਤੇ ਟੈਕਸੀ ਉਹਨਾਂ ਨੇ ਸ਼ਹਿਰ ਦੇ ਹਸਪਤਾਲ ਵਿੱਚ ਲੈ ਆਂਦਾ ਸੀ ਉਸ ਨੂੰ ਦੂਜੇ ਦਿਨ ਮਹਿੰਦਰ ਅਮਰੀਕ ਦੀ ਮਾਂ ਅਤੇ ਅਮਰੀਕ ਤਿੰਨੇ ਕਰਤਾਰ ਸਿੰਘ ਦੀ ਲਾਸ਼ ਸ਼ਾਮ ਦੇ ਕੁਸਮੂਸੇ ਪਿੰਡ ਲਿਆਏ ਸਨ ਵੱਡੀ ਕੁੜੀ ਬੰਸੋ ਜੋ ਪਿਓ ਦੀ ਬਿਮਾਰੀ ਸੁਣ ਕੇ ਸਹੁਰਿਆਂ ਆ ਗਈ ਸੀ ਪਿਤਾ ਦੀ ਲਾਸ਼ ਆਈ ਸੁਣ ਕੇ ਚਿੱਕਾ ਮਾਰਦੀ ਹੋਈ ਪਿਓ ਦੀ ਲਾਸ਼ ਤੇ ਡਿੱਗੀ ਸਾਰਾ ਪਰਿਵਾਰ ਤਾਂ ਹੰਮਾਰ ਰਿਹਾ ਸੀ ਲੋਕ ਜੁੜ ਗਏ ਸਨ ਤੇ ਉਹ ਸਾਰੀ ਰਾਤ ਉਹਨਾਂ ਨੂੰ ਰੋਂਦਿਆਂ ਵਿੱਚ ਹੀ ਗੁਜ਼ਰੀ ਸੀ ਸਵੇਰ ਨੂੰ ਦੂਜੀ ਕੁੜੀ ਵੀ ਸਹਰਿਓ ਆ ਗਈ ਸੀ ਤੇ ਹੋਰ ਰਿਸ਼ਤੇਦਾਰਾਂ ਦੇ ਆਉਣ ਤੇ ਕਰਤਾਰ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਅਮਰੀਕ ਸਿਆ ਫਿਕਰ ਨਾ ਕਰ ਜੋ ਆਇਆ ਸੋ ਚੱਲ ਸੀ ਮਹਾਰਾਜ ਚ ਲਿਖਿਆ ਜਗ ਚੱਲਣੀ ਸਰਾਂ ਉਹਨੂੰ ਲੈ ਬੈਠੇ ਉਹਦੇ ਵੇਲ ਨਹੀਂ ਤਾਂ ਸਾਡੇ ਹੱਥਾਂ ਵਿੱਚ ਹੀ ਜੰਮਿਆ ਸੀ ਮਰਿਆ ਨਾਲ ਮਰੀਆਂ ਹੀ ਜਾਂਦਾ ਹੀ ਰਿਆ ਹੁਣ ਤਾਂ ਸ਼ੇਰਾ ਟੱਬਰ ਦਾ ਭਾਰ ਸਿਰ ਤੇ ਐ ਮਰਦ ਬਣ ਤੇ ਜ਼ਿੰਮੇਵਾਰੀ ਸਾਂਭ ਲਈ ਇਸ ਜ਼ਿੰਮੇਵਾਰੀ ਤੇ ਫਰਜ਼ ਦੇ ਅਹਿਸਾਸ ਨੇ ਉਸ ਨੂੰ ਇੱਕ ਤਰ੍ਹਾਂ ਵਲ ਪਾ ਲਿਆ ਸੀ नाग ਵਾਂਗੂ ਇਸ नाग ਦਾ ਪਹਿਲਾ ਡਾਂਗ ਉਸ ਨੂੰ ਉਦੋਂ ਵੱਜਾ ਸੀ ਜਦੋਂ ਸੋਸਾਇਟੀ ਦਾ ਇੰਸਪੈਕਟਰ ਕਰਤਾਰ ਸਿੰਘ ਤੋਂ ਮੌਤ ਤੋਂ 8ਵੇਂ ਦਿਨ ਪਿੱਛੋਂ ਆਪਣੇ ਅਮਲੇ ਸਮੇਤ ਤੇ ਜੀਪ ਤੇ ਆਇਆ ਸੀ ਉਸ ਦੇ ਪਿਓ ਦੀ ਮੌਤ ਦਾ ਅਫਸੋਸ ਕਰਨ ਤੋਂ ਪਿੱਛੋਂ ਰਜਿਸਟਰ ਫੋਲ ਕੇ 1650 ਰੁਪਏ ਖਾਦ ਦੇ ਕਰਜ਼ੇ ਵਜੋਂ ਉਸ ਦੇ ਪਿਓ ਦੇ ਨਾਂ ਤੇ ਦੱਸ ਦਿਆ ਕਿਹਾ ਸੀ ਇਹ ਪੈਸੇ ਉਹਨਾਂ ਦੇ ਮਰਨ ਤੋਂ ਪਿੱਛੋਂ ਕਾਨੂੰਨ ਅਨੁਸਾਰ ਤੁਹਾਨੂੰ ਇੱਕ ਮੁਸ਼ਤ ਜਮਾ ਕਰਾਉਣੇ ਪੈਣੇ ਹਨ ਤੇ ਅਮਰੀਕ ਨੂੰ ਕੁਝ ਨਹੀਂ ਸੀ ਆੜ ਰਿਹਾ ਕੁਝ ਮੌਲਤ ਜਾਂ ਰਾਇਤ ਮੰਗਣ ਤੇ ਇਨਸਪੈਕਟਰ ਨੇ ਕਿਹਾ ਸੀ ਕਿ ਉਹ ਦੋ ਕਿਸ਼ਤਾਂ ਵਿੱਚ ਪੈਸੇ ਚੁੱਕਦੇ ਕਰਦੇ ਵੀ ਪਹਿਲੀ ਕਿਸ਼ਤ ਲਈ ਉਸਨੇ 15 ਦਿਨ ਦੀ ਮੌਲਤ ਦਿੱਤੀ ਸੀ ਇਹ ਰਇਆਤ ਵੀ ਉਸਨੇ ਮੁਲਾਜ਼ਮ ਭਰਾ ਹੋਣ ਦੇ ਨਾਤੇ ਹੀ ਕੀਤੀ ਸੀ ਛੋਟਾ ਮੰਦਰ ਕੋਈ ਬਹੁਤਾ ਸਾਉ ਨਹੀਂ ਸੀ ਨਿਕਲਿਆ ਉਸ ਦਾ ਵਾਹੀ ਵੱਲ ਕੋਈ ਧਿਆਨ ਨਹੀਂ ਸੀ ਡੰਗਰ ਭਾਵੇਂ ਤੁੱਪੇ ਛੜਦੇ ਸਨ ਉਹ ਹਜ਼ਾਰੀ ਟੁੰਡੇ ਦੇ ਕੋਠੇ ਤੇ ਉੜਦੇ ਕਬੂਤਰਾਂ ਨੂੰ ਅਸਮਾਨ ਤੇ ਨਜ਼ਰਾਂ ਗੱਡੀ ਵੇਖਦਾ ਰਹਿੰਦਾ ਸੀ ਪਿਓ ਨੂੰ ਵੀ ਅੱਗੋਂ ਸਿੱਧਾ ਹੀ ਆਉਂਦਾ ਸੀ ਉਸ ਤੋਂ ਮੋਢੇ ਨਾਲ ਮੋਢਾ ਜੋੜ ਕੇ ਸੰਕਟ ਵਿੱਚੋਂ ਲੰਘ ਜਾਣ ਦੀ ਕੋਈ ਬਹੁਤੀ ਆਸ ਨਹੀਂ ਸੀ। ਉਸ ਤੋਂ ਛੋਟੀ ਕੁੜੀ ਜੇ 7ਵੇਂ ਵਿੱਚ ਪੜਦੀ ਸੀ। ਅਮਰੀਕ ਨੇ ਸੋਚਿਆ ਕਿ ਸ਼ੁਕਰ ਰੱਬ ਦਾ ਕਰਤਾਰ ਸਿੰਘ ਤੋਂ ਕੁੜੀਆਂ ਨੂੰ ਆਪਣੇ ਹੱਥੀ ਵਿਆਹ ਗਿਆ ਸੀ ਤੇ ਉਹ ਲੰਮਾ ਹੌਂਕਾ ਭਰਿਆ ਤੇ ਬੋਲਿਆ ਚੰਗਾ ਸੀ ਜਾਂ ਮਾੜਾ ਸੀ? ਭਾਵੇਂ ਸ਼ਰਾਬ ਪਿੰਦਾ ਸੀ, ਭਾਵੇਂ ਅਫੀਮ ਖਾਂਦਾ ਸੀ। ਅਮਰੀਕ ਨੂੰ ਤਾਂ ਪਿਓ ਦੇ ਜਿਉਂਦਿਆਂ ਪਰਿਵਾਰ ਦਾ ਕੋਈ ਫਿਕਰ ਨਹੀਂ ਸੀ। ਉਹ ਤਾਂ ਮਹੀਨੇ ਪਿੱਛੋਂ ਅੱਧੀ ਤਨਖਾਹ ਵਰਤਣ ਲਈ ਆਪਣੀ ਮਾਂ ਨੂੰ ਦੇ ਦਿੰਦਾ ਸੀਗਾ ਤਨਖਾਹ ਨਾਲ ਤੇ ਮਾੜੀ ਚੰਗੀ ਵਾਹੀ ਨਾਲ ਉਹ ਘਰ ਦਾ ਸਾਰਾ ਖਰਚ ਤੋਰੀ ਫਿਰਦੇ ਸਨ ਅਮਰੀਕ ਨੇ ਕਦੀ ਡੂੰਘਾਈ ਨਾਲ ਵਿੱਚ ਜਾਣ ਦੀ ਕੋਸ਼ਿਸ਼ ਨਹੀਂ ਸੀ ਕੀਤੀ ਕਿ ਘਰ ਦਾ ਸਾਰਾ ਗੁਜ਼ਾਰਾ ਕਿਵੇਂ ਚੱਲ ਰਿਹਾ ਸੀ ਦਰਅਸਲ ਉਹਨੂੰ ਪਿਓ ਦੇ ਸ਼ਰਾਬ ਪੀਣ ਤੇ ਅਫੀਮ ਖਾਣ ਨਾਲ ਇੱਕ ਤਰ੍ਹਾਂ ਦੀ ਚਿੰਜ ਹੈ ਸੀ ਜੋ ਮਰਜ਼ੀ ਕਰੋ ਮੇਰੇ ਵੱਲੋਂ ਉਹਦਾ ਉਜ ਇੰਜ ਦਾ ਰਵਈਆ ਸੀ ਉਹ ਅੰਦਰੋਂ ਅੰਦਰ ਹੀ ਪਿਓ ਤੋਂ ਦੂਰ ਹੁੰਦਾ ਜਾ ਰਿਹਾ ਸੀ ਖਬਰੇ ਉਸ ਨੂੰ ਪਿਆਰ ਕਰਦਾ ਸਮਝਾਉਂਦਾ ਕਿ ਉਹ ਇਹ ਹੱਦ ਤੱਕ ਨਾ ਵਧਾ ਜਿਸ ਹੱਦ ਨੂੰ ਉਹ ਲੰਘ ਕੇ ਸ਼ਰਾਬ ਵਿੱਚ ਰੁੜ ਗਿਆ ਸੀ ਉਹ ਨੂੰ ਆਪਣਾ ਆਪ ਵੀ ਆਪਣੇ ਪਿਓ ਦੀ ਮੌਤ ਦਾ ਕਾਰਨ ਹੀ ਲੱਗ ਰਿਹਾ ਸੀ ਉਹਦੀਆਂ ਅੱਖਾਂ ਵਿੱਚ ਪਾਣੀ ਵਗ ਤੁਰਿਆ ਉਸ ਨੇ ਅੱਖਾਂ ਕੁੱਟ ਕੇ ਮੀਚੀਆਂ ਫਿਰ ਖੋਲੀਆਂ ਅੱਖਾਂ ਵਿੱਚਲੇ ਪਾਣੀ ਕਰਕੇ ਅਸਮਾਨ ਦੇ ਤਾਰੇ ਧੁੰਦਲੇ ਹੋ ਗਏ ਸਨ ਕਈ ਸਾਲਾਂ ਤੋਂ ਉਹ ਪਿਓ ਨਾਲ ਘੁਟਿਆ ਘੁਟਿਆ ਰਹਸੀ ਉਹਨਾਂ ਇੱਕ ਦੂਜੇ ਨਾਲ ਕਦੀ ਘਟ ਵੱਧ ਦਿਲ ਦੀ ਗੱਲ ਨਹੀਂ ਸਾਂਝੀ ਕੀਤੀ ਸੀ ਉਸ ਨੂੰ ਕਈ ਅਜਿਹੇ ਪਿਓ ਪੁੱਤਾਂ ਦਾ ਖਿਆਲ ਆਇਆ ਜੋ ਇੱਕ ਦੂਜੇ ਨਾਲ ਦੋਸਤਾਂ ਵਾਂਗ ਹੱਸਦੇ ਪਿਆਰ ਕਰਦੇ ਗੱਲਾਂ ਕਰਦੇ ਸਨ ਉਹ ਵੀ ਤਾਂ ਇੰਜ ਕਰ ਸਕਦਾ ਸੀ ਪਰ ਉਹ ਕੁਝ ਵੀ ਨਹੀਂ ਸਿਨ ਕਰ ਸਕੇ ਤੇ ਉਹਦਾ ਪਿਓ ਤੁਰ ਗਿਆ ਛੋਟੀ ਉਮਰ ਵਿੱਚ ਹੀ 45 ਸਾਲ ਦੀ ਵੀ ਕੋਈ ਉਮਰ ਹੁੰਦੀ ਹੈ ਭਲਾ ਉਹਦੀ ਅੰਦਰ ਭਾਰ ਮੇਰੀ ਜਾਗੀ ਕਾਸ਼ ਕਿਤੇ ਉਹਦਾ ਪਿਓ ਜਿਉਂਦਾ ਹੋ ਜਾਵੇ ਉਹ ਉਸ ਨਾਲ ਇੰਨਾ ਪਿਆਰ ਕਰੇ ਇੰਨਾ ਪਿਆਰ ਕਰੇ ਤੇ ਉਹ ਦੂਰ ਬਚਪਨ ਵਿੱਚ ਗਵਾਚ ਗਿਆ ਨਿੱਕੀ ਨਿੱਕੀ ਦਾੜੀ ਵਾਲਾ ਉਸਦਾ ਪਿਓ ਉਸ ਨੂੰ ਪਹਿਲੀ ਜਮਾਤ ਵਿੱਚ ਦਾਖਲ ਕਰਾਉਣ ਗਿਆ ਤਾਂ ਮਾਸਟਰ ਮੁਲਖ ਰਾਜ ਅਮਰੀਕ ਸਿੰਘ ਨੂੰ ਉਹਦੀ ਪਿੱਠ ਥਾਪੜ ਦਿਆਂ ਕਹਿ ਰਿਹਾ ਸੀ ਆ ਵੇਖ ਤੇਰੇ ਜੱਡੇ ਸਾਡੇ ਮੁੰਡੇ ਆ ਵੇਖ ਖੁਸ਼ੀ ਦਾ ਮੁੰਡਾ ਤੇਰੇ ਤੋਂ ਵੀ ਛੋਟਾ ਉਹ ਮੁੰਡਿਓ ਮਰੀਕੇ ਦਾ ਪਿਓ ਵੀ ਮੇਰੇ ਕੋਲ ਪੜਦਾ ਸੀ ਤੇ ਹੁਣ ਮਰੀਕ ਸੂ ਸਰਦਾਰ ਵੀ ਪੜਿਆ ਕਰੂ ਆ ਜਾ ਪੁੱਤਰਾ ਆ ਜਾ ਤੇ ਮਰੀਕ ਨੂੰ ਲੱਗਾ ਉਹਦਾ ਪਿਓ ਵਗਦੇ ਤਰਿਆ ਵਿੱਚ ਉਸਨੂੰ ਇਕੱਲਿਆਂ ਛੱਡ ਕੇ ਪਰਲੇ ਪੰਨੇ ਤੇ ਖਲੋਤਾ ਹੱਸ ਰਿਹਾ ਸੀ ਕੱਕੀ ਕੱਕੀ ਦਾੜੀ ਤੇ ਨਿੱਕੀਆਂ ਨਿੱਕੀਆਂ ਮੁੱਛਾਂ ਵਾਲਾ ਜਿਸਨੂੰ ਕਦੀ ਉਹ ਬੜਾ ਪਿਆਰ ਕਰਦਾ ਸੀ ਜਿਹੜਾ ਅਜੀ ਵੀ ਛਾਲਾ ਮਾਰਦਾ ਸੀ ਤੇ ਸਾਰਿਆਂ ਤੋਂ ਅੱਗੇ ਡਿੱਗਦਾ ਸੀ ਤੇ ਉਹ ਹੋ ਫਿਰ ਹੱਸ ਕੇ ਕਹਿੰਦਾ ਸੀ ਅਸੀਂ ਤਾਂ ਭਾਈ ਜੀ ਜੰਤ ਵਾਲੇ ਹੋ ਗਏ ਹੁਣ ਸੱਤੋਂ ਛਾਣਾ ਕਿੱਥੇ ਵੱਜਦੀਆਂ ਨੇ ਬੁੱਢੇ ਬੰਦਿਆਂ ਤੋਂ ਫਿਰ 6-7 ਸਾਲ ਦੇ ਅਮਰੀਕ ਸਿੰਘ ਦੀ ਪਿੱਠ ਥਾਪੜ ਕੇ ਆਖਦਾ ਤੂੰ ਮਾਰਿਆ ਕਰ ਛਾਣਾ ਪੁੱਤਰ ਹੁਣ ਸਾਡੀ ਥਾਂ ਤੇ ਬੁੱਢੇ ਬੰਦਿਆਂ ਦੀ ਤੇ ਤੇ ਕਈ ਸਾਲ ਅਮਰੀਕੇ ਉਡੀਕਦਾ ਰਿਹਾ ਕਿ ਉਹਦਾ ਪਿਓ ਬੁੱਢਾ ਹੋਵੇ ਉਹਦੀ ਦਾੜੀ ਵਿੱਚ ਟੌਲੇ ਆਉਣ ਕਿਉਂਕਿ ਜਦੋਂ ਕੋਈ ਨਵਾਂ ਆਇਆ ਮਾਸਟਰ ਜਾਂ ਕੋਈ ਅਜਨਬੀ ਬੰਦਾ ਅਮਰੀਕ ਕੋਲੋਂ ਉਸਦੇ ਪਿਓ ਬਾਰੇ ਪੁੱਛਦਾ ਤਾਂ ਉਹ ਇਹੋ ਆਖਦਾ ਕਿ ਉਹ ਤੇਰਾ ਵੱਡਾ ਭਰਾ ਏ ਤੇ ਅਮਰੀਕ ਨੂੰ ਇਹ ਚੰਗਾ ਨਾ ਲੱਗਦਾ ਉਹਦਾ ਪਿਓ ਪਿਓ ਕਿਉਂ ਨਹੀਂ ਲੱਗਦਾ ਭਰਾ ਕਿਉਂ ਲੱਗਦਾ ਹੈ ਤੇ ਉਹ ਸੋਚਦਾ ਸਾਰੇ ਪਿਓਆਂ ਨੂੰ ਸਿਆਣੇ ਸਿਆਣੇ ਢੋਲੀ ਦਾੜੀ ਵਾਲੇ ਹੋਣਾ ਚਾਹੀਦਾ ਤੇ ਸ਼ਾਲਾ ਮਾਰਦੇ ਅਮਰੀਕ ਨੇ ਪਿਓ ਨੂੰ ਕੋਈ ਬਜ਼ੁਰਗ ਹੱਸ ਕੇ ਕਹਿੰਦਾ ਪੁੱਤਰਾ ਆਉਂਦੀਆਂ ਨਹੀਂ ਗੱਲਾਂ ਤੈਨੂੰ ਤੇਰੇ ਸਿੰਘਾਂ ਤੇ ਅਜੇ ਜਦੋਂ ਸਿਰ ਤੇ ਪਈ ਫੇਰ ਵੇਖੀ ਦੇ ਸੋ ਸੀਸਾ ਪਿਓ ਦੇ ਸਿਰ ਨੂੰ ਜਿਹੜਾ ਸਿੰਗਾਪੂਰੋਂ 4 ਪੈਸੇ ਕੱਲੀ ਜਾਂਦਾ ਤੇ ਉਹ ਸੱਚੀ ਮੁੱਚੀ ਪਿਓ ਦੇ ਸਿਰ ਤੇ ਐਸ਼ ਕਰ ਰਿਹਾ ਸੀ ਜ਼ਮੀਨ ਹਿੱਸੇ ਦੀ ਠੇਕੇ ਤੇ ਦੇ ਛੜਦਾ ਤੇ ਆਪ ਪਿੰਡ ਦੀਆਂ ਢਾਣੀਆਂ ਵਿੱਚ ਦੋ ਘੋੜਾ ਬੋਸਕੀ ਦੀ ਲਿਸ਼ਕ ਦੀ ਕਮੀਜ਼ ਪਾਈ ਸਿਰ ਤੇ ਗਾਜਰੀ ਰੰਗ ਦੀ ਪੱਗ ਬੰਨੀ ਫਿਰਦਾ ਰਹਿੰਦਾ ਉਸਦੇ ਹੱਥਾਂ ਵਿੱਚ ਤੇਲ ਦੇ ਨਾਲ ਲਿਸ਼ਕ ਦੀ ਸਮਾਂ ਵਾਲੀ ਡਾਂਗ ਹੁੰਦੀ ਯਾਰ ਬੇਲੀ ਪੈਸੇ ਵਾਲਾ ਆਦਮੀ ਕਹਿ ਕੇ ਉਸ ਤੋਂ ਖਾਂਦੇ ਰਹਿੰਦੇ ਅਮਰੀਕ ਰੂਯਾਦ ਸੀ ਉਸਦੇ ਪਿਓ ਨੇ ਨਿੱਕੇ ਨਿੱਕੇ ਕਈ ਸ਼ੁਗਲਪਾਰ ਰੱਖੇ ਸਨ ਛਾਲਾ ਮਾਰਨ ਤੇ ਕੋਡੀ ਖੇਡਣ ਤੋਂ ਬਿਨਾ ਉਸਨੇ ਵਧੀਆ ਸ਼ਿਕਾਰੀ ਕੁੱਤੇ ਰੱਖੇ ਹੋਏ ਸਨ ਤੇ ਉਹ ਟਹਾੜੀਆਂ ਬਣ ਕੇ ਸ਼ਿਕਾਰ ਨੂੰ ਤੁਰਿਆ ਰਹਿੰਦਾ ਨਮੀਆ ਖਾਦਾਂ ਤੇ ਬੀਜ ਤੁਰੇ ਨਹੀਂ ਸਨ ਇਸ ਲਈ ਕਰਤਾਰ ਸਿੰਘ ਨੂੰ ਜ਼ਮੀਨ ਖਰੀਦਣ ਦਾ ਕੋਈ ਲਾਲਚ ਨਹੀਂ ਸੀ ਕਿਉਂਕਿ ਇਹ ਕੋਈ ਆਮਦਨੀ ਦਾ ਵਸੀਲਾ ਨਹੀਂ ਸੀ ਸ਼ਾਇਦ ਉਂਝ ਵੀ ਬਹੁਤੀ ਆਮਦਨੀ ਕਮਾਉਣ ਵਾਲ ਉਸ ਦਾ ਕੋਈ ਰੁਝਾਨ ਨਹੀਂ ਸੀ ਇੰਚ ਪਿਓ ਵੱਲੋਂ ਭੇਜੇ ਪੈਸਿਆਂ ਨੂੰ ਉਹ ਤਾਂ ਗੁਲਛਰ ਰਿਆਂ ਵਿੱਚ ਹੀ ਉਡਾਉਂਦਾ ਸੀ ਪਰ ਪਿੰਡ ਵਿੱਚ ਉਸ ਦੀ ਇੱਜ਼ਤ ਬਣੀ ਹੋਈ ਸੀ ਵਧੀਆ ਖਿਡਾਰੀ ਹੋਣ ਕਰਕੇ ਚਿੱਟੇ ਕੱਪੜਿਆਂ ਕਰਕੇ ਪੈਸੇ ਵਾਲੇ ਦਾ ਪੁੱਤ ਹੋਣ ਕਰਕੇ ਤੇ ਚਾਰ ਬੰਦੇ ਜੋ ਡਾਂਗਾ ਲੈ ਕੇ ਉਸ ਦੇ ਨਾਲ ਫਿਰਦੇ ਸਨ ਉਹ ਨਾਲ ਚੱਲਦੇ ਅਮਰੀਕ ਸੀਗ ਨੂੰ ਵੀ ਲਾੜ ਲਡਾਉਂਦੇ ਸਨ ਅਮਰੀਕ ਦੀ ਦਾਦੀ ਕਰਤਾਰ ਸਿੰਘ ਨੂੰ ਇੰਜ ਠਾਣੀਆਂ ਵਿੱਚ ਫਿਰਨ ਤੋਂ ਵਰਜਦੀ ਰਹਿੰਦੀ ਪਰ ਉਹ ਕਿਸ ਦੀ ਪਰਵਾਹ ਕਰਦਾ ਸੀ ਪਤਨੀ ਦੀ ਤਾਂ ਜ਼ਰੂਰਤ ਨਹੀਂ ਸੀ ਉਸਦੇ ਅੱਗੇ ਉਭਾਸਰੇ ਜਨਾਨੀਆਂ ਦਾ ਕੀ ਕੰਮ ਬੰਦਿਆਂ ਦੇ ਮਾਮਲੇ 'ਚ ਦਖਲ ਦੇਣ ਦਾ ਉਹ ਤਾਂ ਇਹ ਵਿਚਾਰ ਸੀ ਤੇ ਇੰਜ ਦਿਨ ਗੁਜ਼ਰਦੇ ਜਾ ਰਹੇ ਸਨ ਅਮਰੀਕ ਦਾ ਦਾਦਾ ਦੋ ਚੌਸ ਸਾਲਾਂ ਬਾਅਦੋਂ ਕਿਧਰੇ ਆਉਂਦਾ ਅਮਰੀਕ ਦੇ ਜੰਮਣ ਤੇ ਜਦੋਂ ਆਇਆ ਤਾਂ ਉਦੋਂ ਦੋ ਕੋਠੜੀਆਂ ਅੱਗੇ ਸੁਫਾ ਤੇ ਅੱਗੇ ਭਾਂਡਾ ਛਤਵਾ ਕੇ ਉੱਪਰ ਚਵਾਰਾ ਪਵਾ ਗਿਆ ਸੀ ਕਰਤਾਰ ਸਿੰਘ ਨੂੰ ਬਥੇਰਾ ਸਮਝਾਉਂਦਾ ਕਿ ਫਜ਼ੂਲ ਖਰਚੀ ਵਿੱਚ ਪੈਸੇ ਨਾ ਉਡਾਏ ਕੋਈ ਜ਼ਮੀਨ ਹੋਰ ਖਰੀਦ ਲਵੇ ਉਹ ਦੱਸਦਾ ਕਿ ਕਿਵੇਂ ਉਹ ਰੋਟੀ ਤੋਂ ਅਤੂਰ ਹੋ ਕੇ ਕਰਜ਼ੇ ਹੇਠਾਂ ਦੱਬੇ ਜਾਣ ਤੇ ਜ਼ਮੀਨ ਗਹਿਣੇ ਪੈ ਜਾਣ ਤੇ ਘਰੋਂ ਨਿਕਲਿਆ ਸੀ ਤੇ ਕਿਵੇਂ ਉਸ ਨੇ ਹੌਲੀ-ਹੌਲੀ ਕਰਕੇ ਗਹਿਣੇ ਪਈ ਸਾਰੀ ਜ਼ਮੀਨ ਛੁਡਵਾਈ ਸੀ ਉਹ ਬਾਹਰਲੇ ਮੁਲਕਾਂ ਵਿੱਚ ਕੰਮ ਕਰਦਾ ਤੇ ਉੱਥੋਂ ਦੇ ਕੰਮ ਦੀ ਕਦਰ ਵੀ ਕਰਦਾ ਸੀਗਾ ਤੇ ਉਸ ਨੂੰ ਸਮਝਾਉਂਦਾ ਕਿ ਨਿੱਕੇ-ਨਿੱਕੇ ਕੰਮ ਦਾ ਕੋਈ ਫਰਕ ਨਹੀਂ ਹੁੰਦਾ ਜਿੱਥੇ ਫੋਕੀ ਫੂਫਾਂ ਦੇ ਕੋਈ ਅਰਥ ਨਹੀਂ ਸਨ ਉੱਥੇ ਅਮਰੀਕ ਨੂੰ ਯਾਦ ਸੀ ਜਦੋਂ ਉਹਦਾ ਦਾਦਾ ਆਖਰੀ ਵਾਰ ਆਇਆ ਸੀ ਤਾਂ ਉਸਨੇ ਪਿਓ ਨੂੰ ਆਖਿਆ ਸੀ ਅ ਉਸਦੇ ਪਿਓ ਨੂੰ ਆਖਿਆ ਸੀ ਉਹ ਕਰਤਾਰ ਸਿੰਘ ਜਦੋਂ ਮੈਂ ਆਉਂਦਾ ਸੋਚਦਾ ਤੇਰੇ ਨਾਲ ਕੋਈ ਦਿਲ ਦੀ ਗੱਲ ਕਰਾਂ ਪਰ ਤੂੰ ਕਿਤੇ ਵੇਲਾ ਹੀ ਨਹੀਂ ਹੁੰਦਾ ਕਦੇ ਸੂਫੀ ਹਾਲਤ ਵਿੱਚ ਉਮੇਤਾ ਐ ਨਾ ਕਰ ਤੂੰ ਜਿਹੜੀ ਗੱਲ ਕਰਨੀ ਐ ਤੇਰੀ ਨਹੀਂ ਤਾਂ ਹੋਰ ਕੀ ਦੀ ਮੰਨਣੀ ਆ ਤੇਰੇ ਸਿਰ ਤੇ ਤਾਂ ਬਜ਼ੁਰਗ ਐਸ਼ਾਂ ਕਰਦੇ ਆ ਪਰ ਕਰਤਾਰ ਸਿੰਘ ਨੇ ਨਾ ਹੀ ਮਕਾਨ ਕਲੀ ਕਰਾਇਆ ਤੇ ਨਾ ਹੀ ਜ਼ਮੀਨ ਖਰੀਦੀ ਉਦੋਂ ਹੀ ਛੁੱਟੀ ਕੱਟ ਕੇ ਗਿਆ ਉਸ ਦਾ ਪਿਓ ਤੀਸਰੇ ਚੌਥੇ ਮਹੀਨੇ ਚੜਾਈ ਕਰ ਗਿਆ ਹੱਸਦੇ ਖੇਡਦੇ ਕਰਤਾਰ ਦੇ ਸਿੰਘਾਂ ਤੋਂ ਸਿਰ ਤੇ ਪੈ ਗਈ ਬਾਹਰੋਂ ਆਉਂਦਾ ਪੈਸਾ ਇੱਕਦਮ ਬੰਦ ਹੋ ਗਿਆ ਤੇ ਰਿਸ਼ਤੇਦਾਰ ਅਤੇ ਸੱਜਣਾ ਮਿੱਤਰਾ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਬੰਦਾ ਰੱਖ ਕੇ ਆਪ ਵਾਹੀ ਕਰਵਾਏ ਤਾਂ ਗੁਜ਼ਾਰਾ ਚੱਲੇਗਾ ਅਮਰੀਕ ਨੂੰ ਕੱਲ੍ਹ ਵਾਲੀ ਆਸ ਸੀ ਉਹਦਾ ਪਿਓ ਤੇ ਉਸਦਾ ਮਾਮਾ ਬੀਖਾ ਨੇਰ ਵੱਲੋਂ ਪਲਦਾਂ ਦੀ ਵਧੀਆ ਜੋੜੀਆਂ ਖਰੀਦ ਕੇ ਲਿਆਏ ਸਨ ਲਿਸ਼ਲਿਸ਼ ਕਰਦੇ ਦੁੱਧ ਪਿੰਡਿਆਂ ਵਾਲੇ ਪਲਦ ਜਦੋਂ ਅਮਰੀਕ ਦੇ ਨਾਨਕੇ ਜੂਪੇ ਸਨ ਤਾਂ ਉਹਨਾਂ ਦੀ ਜੋਗ ਜਿੱਤ ਕੇ ਮੁੜੀ ਸੀ ਭਾਵੇਂ ਘਰ ਦੀ ਜ਼ਿੰਮੇਵਾਰੀ ਕਰਤਾਰ ਸਿੰਘ ਤੇ ਸਿਰ ਤੇ ਪੈ ਗਈ ਸੀ ਪਰ ਫਿਰ ਵੀ ਉਹ ਆਪਣੇ ਕੱਪੜੇ ਦੁੱਧ ਚਿੱਟੇ ਰੱਖਦਾ ਉਸ ਦੀ ਜੁੱਤੀ ਹਮੇਸ਼ਾ ਲਿਸ਼ਕਦੀ ਰਹਿੰਦੀ ਬੰਦਾ ਰੱਖ ਕੇ ਵਾਹੀ ਕਰਵਾਉਂਦਾ ਆਪ ਪੱਠੇ ਲਿਆ ਛੱਡਦਾ ਤੇ ਫਿਰ ਖੁੰਡਾਂ ਤੇ ਬੈ ਕੇ ਤਾਸ਼ ਖੇਡਦਾ ਰਹਿੰਦਾ ਘਰ ਦੇ ਵੀ ਸਮਝਾਉਂਦੇ ਤੇ ਬਾਹਰ ਦੇ ਵੀ ਵਾਈਆਂ ਮਿੱਟੀ ਨਾਲ ਮਿੱਟੀ ਹੁੰਦੀਆਂ ਨੇ ਬਗਾਨੇ ਪੁੱਤ ਸਿਰਾਂ ਤੇ ਹੋਇਆਂ ਬਿਨਾ ਕੰਮ ਨਹੀਂ ਕਰਦੇ ਇੰਜ ਝੱਟਣੀ ਸਰਨਾ ਅਮਰੀਕ ਦੀ ਦਾਦੀ ਰਾਤੀ ਨੂੰ ਦੇਰ ਨਾਲ ਘਰ ਨਾ ਆਉਣ ਤੇ ਬਾਹਰ ਢਾਣੀਆਂ ਵਿੱਚ ਬੈਠੇ ਰਹਿਣ ਤੇ ਕਰਤਾਰ ਸਿੰਘ ਤੇ ਔਖੀ ਹੁੰਦੀ ਰਹਿੰਦੀ ਨਿਛੜਿਆ ਬੰਦਿਆਂ ਵਾਲੇ ਚਾਲੇ ਫੜ ਧੀਆ ਪੁੱਤਾਂ ਵਾਲਾ ਹੋ ਗਿਆਂ ਕੰਮ ਕੀਤੇ ਬਿਨਾਂ ਫੈਲਸੂਫੀਆਂ ਨਹੀਂ ਪੁੱਗਣੀਆਂ ਇਹ ਪੁੱਗ ਜਾਣਗੀਆਂ ਬੁੱਢੜੀ ਇਹ ਆਪੇ ਪੁੱਗ ਜਾਣਗੀਆਂ ਤੂੰ ਚਿੰਤਾ ਨਾ ਕਰ ਤੇ ਉਹ ਅਮਰੀਕ ਦੀ ਮਾਂ ਨੂੰ ਰੋਟੀ ਦੇਣ ਲਈ ਆਖਦਾ ਜੋ ਕਿੰਨੇ ਚਿਰਾਂ ਤੋਂ ਚੌਂਕੇ ਵਿੱਚ ਬੈਠੀ ਉਸਦੀ ਉਡੀਕ ਕਰ ਰਹੀ ਹੁੰਦੀ ਤੂੰ ਕੁੜੀਏ ਇਹਨੂੰ ਵਰਜਦੀ ਕਿਉਂ ਨਹੀਂ ਪਰਸ਼ਾਦੇ ਗਰਮ-ਗਰਮ ਕੇ ਗਰਮ-ਗਰਮ ਕਰਕੇ ਖਵਾਉਂਦੀ ਐ ਇਹ ਵਿਗੜੇ ਕਿਉਂ ਨਾ ਜਦੋਂ ਆਵੇ ਠੰਡਾ ਤੋਸਾ ਮੱਥੇ ਮਾਰਿਆ ਕਰਸੂ ਵੇਖ ਲਈ ਨਹੀਂ ਤਾਂ ਔਖੀ ਹੋਏਗੀ ਬਜ਼ੁਰਗ ਮਾਂ ਆਖਦੀ ਤੇ ਉਹ ਠੀਕ ਹੀ ਆਖਦੀ ਸੀ ਅਮਰੀਕ ਦੇ ਬਾਲਮਨਤੇ ਉਹ ਰਾਤ ਉਕਰੀ ਹੋਈ ਸੀ ਜਦੋਂ ਗਵਾਂਡੀਆਂ ਦੀ ਕੁੜੀ ਬੀਰੋ ਕੋਲੋਂ ਬਾਤਾਂ ਸੁਣ ਰਹੀਆ ਸੀ ਕਿ ਉਸਦੇ ਘਰ ਚੀਕ-ਚਿਖਿਆੜਾ ਮਚ ਗਿਆ ਬੀਰੋ ਪੁੜਕ ਕੇ ਮੰਜੇ ਤੋਂ ਉੱਠੀ ਤੇ ਉਸਦੇ ਪਿੱਛੇ ਅਮਰੀਕ ਦੌੜ ਗਿਆ ਹਾਰ ਵਿੱਚ ਕੋਹਰਾ ਮਚਿਆ ਹੋਇਆ ਸੀ ਨਿਆਣੇ ਰੋ ਰਹੇ ਸਨ ਤੇ ਕਰਤਾਰ ਸਿੰਘ ਹੱਥ ਵਿੱਚ ਕੱਪੜੇ ਧੋਣ ਵਾਲੀ ਥਾਪੀ ਨਾਲ ਵੋਟੀ ਨੂੰ ਕੁੱਟੀ ਜਾ ਰਿਹਾ ਸੀ ਉਸ ਰੱਜ ਕੇ ਸ਼ਰਾਬ ਪੀਤੀ ਹੋਈ ਸੀ ਤੇ ਬਿਨਾ ਕੋਈ ਗੱਲ ਕੀਤੇ ਆ ਤੈਂ ਤੈਂ ਜੜੀ ਜਾ ਰਿਹਾ ਸੀ ਆਂਡੀ ਗਵਾਂਡੀ ਇਕੱਠੇ ਹੋ ਗਏ ਉਹਨਾਂ ਨੇ ਮਸਾ ਰੋਂਦੀ ਹੋਈ ਜ਼ਗੀਰ ਕੌਰ ਨੂੰ ਬਚਾਇਆ ਤੇ ਕਰਤਾਰ ਸਿੰਘ ਨੂੰ ਧੂਕੇ ਡੰਗਰਾਂ ਵਾਲੇ ਪਾਸੇ ਬਾਹਰ ਮੰਜੀ ਤੇ ਲੈ ਗਏ ਰੋਂਦੀ ਹੋਈ ਜ਼ਗੀਰ ਕੌਰ ਕਹਿ ਰਹੀ ਸੀ ਦੋਸੋ ਮੈਂ ਕੀ ਕਸੂਰ ਕੀਤਾ ਮੈਂ ਇਹੋ ਆਖਿਆ ਸੀ ਪਈ ਭਲੀਆ ਮਾਨਸਾ ਉਤੋਂ 100 ਖਰਚ ਪਏ ਆ ਤੇ ਤੂੰ ਸ਼ਰਾਬਾ ਪਿੰਦਾ ਫਿਰਦਾ ਏ ਜਦੋਂ ਪੁੱਗਦੀ ਸੀ ਪੀ ਲਈ ਹੁਣ ਨਹੀਂ ਸਾਥੋਂ ਪੁੱਗਦੀ ਨਾ ਵੇਖਿਆ ਨਾ ਤਾਂ ਮੇਰੀਆਂ ਮੋਰਾ ਸੇਕਦੀਆਂ ਕੋਈ ਨਹੀਂ ਹੌਸਲਾ ਕਰ ਖਬਰੇ ਕੀ ਹੋ ਗਿਆ ਇਸ ਨੂੰ ਸਿਆਣਾ ਬੈਣਾ ਸੀ ਐ ਤਾਂ ਕਦੀ ਨਹੀਂ ਕੀਤਾ ਇਸਨੇ ਕਹਿੰਦੀਆਂ ਜਨਾਨੀਆਂ ਤੁਰ ਗਈਆਂ ਕਰਤਾਰ ਸਿੰਘ ਬਿਨਾਂ ਰੋਟੀ ਖਾਦਿਆਂ ਹੀ ਸੌਂ ਗਿਆ ਪਾਂਡਾ ਢਿੰਡਾ ਸਾਮ ਕੇ ਕੁੜੀਆਂ ਨੂੰ ਲੰਮੀਆਂ ਪਾ ਕੇ ਜਗੀਰ ਕੌਰ ਦਵਾਖੇ ਚ ਜਗਦਾ ਜੀਵਾ ਦੀਵਾ ਬੁਝਾਉਣ ਲੱਗੀ ਤਾਂ ਉਹ ਨਿੰਮੋ ਝੂਣ ਹੋ ਕੇ ਚੌਂਕੇ ਵਿੱਚ ਬੈਠੇ ਅਮਰੀਕ ਸਿੰਘ ਨੂੰ ਉਠਾ ਕੇ ਮੰਜੇ ਤੇ ਪਾਣ ਲਈ ਲੈ ਗਈ ਉਸਨੇ ਕਿਹਾ ਉੱਠ ਮੇਰਾ ਬੀਬਾ ਪੁੱਤ ਤੂੰ ਕਿਉਂ ਤੇ ਉਹ ਫਿਸ ਪਈ ਉਸ ਡੂੰਗਾ ਹੋਂਕਾ ਪਰਿਆ ਅੱਛਾ ਪੁੱਤ ਤੁਹਾਡੇ ਕਰਮ ਤੇ ਉਹ ਫਿਰ ਚਿੱਥੇ ਦੇ ਹੋਠਾਂ ਵਿੱਚੋਂ ਇਹ ਕੱਲ ਜਿਵੇਂ ਬਾਹਰ ਆ ਗਈ ਮੈਂ ਤਾਂ ਅਮਰੀਕ ਹਰੇਕੇ ਡੁੱਬ ਕੇ ਮਰ ਜਾਣਾ ਜਦੋਂ ਲੱਭੀ ਨਾ ਤੂੰ ਦੱਸ ਦੇਈ ਤੇ ਫਿਰ ਉਹ ਰੋਣ ਲੱਗ ਪਈ ਅਮਰੀਕ ਵੀ ਰੋਣ ਲੱਗ ਪਿਆ ਮਾਂ ਨੇ ਉਸ ਨੂੰ ਕੁੱਟ ਕੇ ਗੱਲਣਾ ਲਾ ਲਿਆ ਤੇ ਫਿਰ ਦੋਵੇਂ ਦੀਵਾ 부ਝਾ ਕੇ ਲੇਟ ਗਏ ਦੋਹਾਂ ਨੂੰ ਨੀਂਦ ਨਹੀਂ ਸੀ ਆ ਰਹੀ ਕਦੀ ਮਾਂ ਦੇ ਮੂੰਹੋਂ ਵਾਹਿਗੁਰੂ ਕਹਿੰਦਾ ਲੰਮਾ ਹੋਕਾ ਹਵਾ ਵਿੱਚ ਰਲ ਜਾਂਦਾ ਅਮਰੀਕ ਦੇ ਮਨ ਵਿੱਚ ਵਾਰ-ਵਾਰ ਮਾਂ ਦੇ ਕਹੇ ਹੋਏ ਸ਼ਬਦ ਗੂੰਜ ਰਹੇ ਸਨ ਮੈਂ ਤਾਂ ਅਮਰੀਕਾ ਹਰੀਕੇ ਡੁੱਬ ਕੇ ਮਰ ਜਾਣਾ ਉਸ ਨੂੰ ਹਰੀਕੇ ਦਰਿਆ ਵੇਖਿਆ ਨਹੀਂ ਸੀ ਹੋਇਆ ਪਰ ਅੱਖਾਂ ਹੀ ਅੱਖਾਂ ਵਿੱਚ ਮਾਂ ਨੂੰ ਡੂੰਘੇ ਪਾਣੀ ਵਿੱਚ ਗੋਤੇ ਖਾਂਦੀ ਵੇਖਦਾ ਉਸ ਦੇ ਫੁੱਲੇ ਹੋਏ ਸਰੀਰ ਨੂੰ ਵੇਖਦਾ ਤੇ ਉਹਦੀਆਂ ਅੱਖਾਂ ਅੱਗੇ ਮਾਈ ਗਾਬੋ ਆ ਗਈ ਤੇ ਹੁਣ ਉਸ ਨੂੰ ਰਹਿ ਰਹਿ ਕੇ ਖਿਆਲ ਆਉਂਦਾ ਸੀ ਕਿ ਇੰਨੀ ਦੂਰ ਹਰੀਕੇ ਕਿਉਂ ਜਾਣਾ ਉਹਦੀ ਮਾਂ ਨਿਆਂਇਆਂ ਵਾਲੇ ਖੂਹ ਵਿੱਚ ਵਿੱਚ ਵੀ ਤਾਂ ਡੁੱਬ ਕੇ ਮਰ ਸਕਦੀ ਸੀ ਜਿੱਥੇ ਪਿੰਡ ਦੀ ਕਮਾਈ ਗਾਬੋ ਡੁੱਬ ਕੇ ਮੋਈ ਸੀ ਤੇ ਹੋਰ ਖੂਹ ਵਿੱਚ ਵੀ ਹਰੀਕੇ ਕਿਉਂ ਤੇ ਉਸ ਨੂੰ ਉਸਨੇ ਘੁੱਟ ਕੇ ਅੱਖਾਂ ਮੀਚੀਆਂ ਉਸਨੇ ਕਿੰਨਾ ਕੀ ਪਾਪ ਕੀਤਾ ਸੀ ਉਹ ਆਪਣੇ ਮਾਂ ਦੇ ਬਾਰੇ ਮਰਨ ਬਾਰੇ ਕਿਉਂ ਸੋਚ ਰਿਹਾ ਸੀ ਉਸ ਨੂੰ ਐਦਾਂ ਬਿਲਕੁਲ ਨਹੀਂ ਸੀ ਸੋਚਣਾ ਚਾਹੀਦਾ ਤੇ ਉਹ ਆਪਣੇ ਪਿਓ ਤੇ ਹੈਰਾਨ ਹੋ ਰਿਹਾ ਸੀ ਅੱਜ ਵਾਂਗ ਤਾਂ ਉਸਨੇ ਕਦੀ ਨਹੀਂ ਸੀ ਪੀਤੀ ਉਸ ਉਹ ਤਾਂ ਕਦੀ ਉਸ ਦੇ ਮਾਨ ਨੂੰ ਨਹੀਂ ਸੀ ਕੁੱਟਦਾ ਅਸਲ ਦੇ ਵਿੱਚ ਉਸ ਦੀ ਭੁਆ ਦੀਆਂ ਦੋਹਾਂ ਕੁੜੀਆਂ ਦਾ ਇਕੱਠਾ ਵਿਆਹ ਸੀ ਤੇ ਉਸ ਆਪਣੇ ਕੱਲੇ ਭਰਾ ਨੂੰ ਵੰਡ ਠਣ ਕੇ ਆਉਣ ਲਈ ਕਿਹਾ ਵਾਈਆਂ ਵਿੱਚੋਂ ਕੀ ਬਚਦਾ ਸੀ ਕਰਤਾਰ ਸਿੰਘ ਜਿਸ ਦਿਨ ਦਾ ਖਾਤਾ ਆਇਆ ਸੀ ਖਿਜਿਆ-ਖਿਜਿਆ ਰਹਿੰਦਾ ਸੀ ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਵੇ ਉਹਨਾਂ ਸ਼ਾਹਾਂ ਤੋਂ ਪੁੱਛਿਆ ਸੀ ਪਰ ਇੰਨਾ ਜ਼ਿਆਦਾ ਵਿਆਜ ਇੱਕੋ ਭੈਣ ਦਾ ਇੱਕੋ ਭਰਾ ਸੀ ਭੈਣ ਨੇ ਲਿਖਿਆ ਸੀ ਕਿ ਉਸ ਕਿਹੜਾ ਰੋਜ਼-ਰੋਜ਼ ਕੁੜੀਆਂ ਵਿਆਉਣੀਆਂ ਸਨ ਕਰਤਾਰ ਉਸਦੇ ਪਿਓ ਦੀ ਥਾਂ ਸੀ ਤੇ ਭਰਾ ਦੀ ਥਾਂ ਵੀ ਤੇ ਉਸਨੇ ਜ਼ਗੀਰ ਕੌਰ ਨੂੰ ਟੂਮਾ ਦੇਣ ਲਈ ਕਿਹਾ ਉਹ ਲੋੜੇ ਵੇਲੇ ਦਾ ਉਸ ਨੂੰ ਸਮਝਾ ਥੱਕਿਆ ਸੀ ਪਰ ਉਹ ਕਹਿੰਦੀ ਸੀ ਮੇਰਾ ਅੱਗੇ ਕੀ ਰਹਿ ਗਿਆ ਸਾਰਾ ਗਹਿਣਾ ਘਰੇ ਹੀ ਖਾਦਾ ਗਿਆ ਹੁਣ ਇਹ ਵੀ ਤੇ ਅਮਰੀਕ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਮਾਂ ਦੇ ਗਹਿਣੇ ਨਾ ਦੇ ਕੇ ਮਾੜੀ ਕਰ ਰਹੀ ਸੀ ਜਾਂ ਪਿਓ ਗਹਿਣੇ ਮੰਗ ਕੇ ਮਾੜੀ ਕਰ ਰਿਹਾ ਸੀ ਤੇ ਐਸੇ ਉਦੇੜ ਬੁਣ ਵਿੱਚ ਉਸ ਦੀ ਅੱਖ ਲੱਗ ਗਈ ਸੀ ਪੂਆ ਦੀਆਂ ਕੁੜੀਆਂ ਦਾ ਵਿਆਹ ਨਿਜਿੱਠੇ ਗਏ ਦਸਾਂ ਵਿੱਚੋਂ ਦੋ ਕਿੱਲੇ ਗਹਿਣੇ ਧਰੇ ਗਏ ਕਰਤਾਰ ਸਿੰਘ ਦੀ ਸ਼ਰਾਬ ਪੀਣ ਦੀ ਆਦਤ ਵੱਧ ਗਈ ਸੀ ਪੀਣਾ ਤਾਂ ਜਿਵੇਂ ਉਸ ਦਾ ਨਾਮ ਹੀ ਬਣ ਗਿਆ ਸੀ ਉਹ ਸ਼ਰਾਬ ਨਾਲ ਗੁੱਟ ਘਰ ਆਉਂਦਾ ਫਿਰ ਅਫੀਮ ਖਾਣੀ ਵੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਉਸ ਦੀਆਂ ਆਦਤਾਂ ਹੋਰ ਵਧਦੀਆਂ ਤੁਰੀਆਂ ਗਈਆਂ ਤੇ ਉਹ ਇੰਨਾ ਆਦਤਾਂ ਦਾ ਗੁਲਾਮ ਬਣ ਗਿਆ ਘਰਦਿਆਂ ਤੇ ਰਿਸ਼ਤੇਦਾਰਾਂ ਦੇ ਕਈ ਵਾਰ ਸਮਝਾਉਣ ਤੇ ਉਹ ਮੰਨਿਆ ਨਾ ਪਰ ਆਸਲ ਵਿੱਚ ਤਾਂ ਜਿਵੇਂ ਉਹਦੇ ਹੱਡਾਂ ਵਿੱਚ ਰਚ ਗਿਆ ਸੀ ਅਮਰੀਕ ਦੇ ਵਹਿੰਦੇ ਆ ਵਹਿੰਦੇ ਕੁਝ ਸਾਲਾਂ ਵਿੱਚ ਉਸ ਦਾ ਪਿਓ ਨਸ਼ੀਆਂ ਕਰਕੇ ਬੁੱਢਾ ਹੋ ਗਿਆ ਸੀ ਘਰ ਵਿੱਚ ਹਰ ਵੇਲੇ ਖਿਜ ਗੁੱਸੇ ਤੇ ਤਣਾ ਦਾ ਮਾਹੌਲ ਬਣਿਆ ਰਹਿੰਦਾ ਸੀ ਇੰਜ ਹੌਲੀ-ਹੌਲੀ ਕਰਜ਼ਾ ਸਿਰ ਚੜਦਾ ਗਿਆ ਜਗੀਰ ਇੱਕ ਔਰ ਚਾਹੁੰਦਿਆਂ ਹੋਇਆਂ ਵੀ ਦਰਿਆ ਜਾਂ ਖੂਹ ਵਿੱਚ ਡੁੱਬ ਕੇ ਨਾ ਮਰ ਸਕੇ ਹੁਣ ਉਹ ਘਰ ਵਿੱਚ ਹੀ ਹਰ ਘੜੀ ਗੋਤੇ ਖਾਂਦੇ ਡੁੱਬਦੀ ਰਹਿੰਦੀ ਕਰਤਾਰ ਸਿੰਘ ਦਾ ਪਿੰਡ ਵਿੱਚ ਪਹਿਲਾਂ ਵਾਲਾ ਮਾਣ ਤੇ ਇੱਜ਼ਤ ਨਾ ਰਹੀ। ਹੌਲੀ-ਹੌਲੀ ਅੱਤ ਚੰਗਾ ਲੱਗਣ ਵਾਲਾ ਪਿਓ ਅਮਰੀਕ ਦੀਆਂ ਨਜ਼ਰਾਂ 'ਚੋਂ ਡਿੱਗ ਪਿਆ ਤੇ ਉਹ ਆਪਸ ਵਿੱਚ ਤਣੇ-ਤਣੇ ਰਹਿੰਦੇ। ਰਤਾ ਕੋ ਰਗੜ ਲੱਗਣ ਤੇ ਉਹਨਾਂ ਵਿਚਲਾ ਬਾਰੂਦ ਜਿਵੇਂ ਫਟ ਜਾਣ ਲਈ ਕਾਲਾ ਪੈਂਦਾ ਰਹਿੰਦਾ। ਜਦੋਂ ਵੱਡੀ ਕੁੜੀ ਬੰਸੋ ਦਾ ਸਾਖ ਅਗਲਿਆਂ ਨੇ ਇਸ ਲਈ ਛੱਡ ਦਿੱਤਾ ਸੀ ਕਿ ਕੁੜੀ ਦਾ ਪਿਓ ਅਮਲੀ ਹੈ। ਉਹਨਾਂ ਘਰ ਵੀ ਤਾਂ ਪੰਜ ਭੁੱਜਦੀ ਹੈ। ਅਮਰੀਕ ਇਸ ਗੱਲੋਂ ਵਿਚ ਕੇ ਝਗੜਿਆ ਤਾਂ ਕਰਤਾਰ ਸਿੰਘ ਨੇ ਅੱਗੋਂ ਜਵਾਬ ਦਿੱਤਾ ਮੈਂ ਆਪਦੇ ਪਿਓ ਦੀ ਜਾਇਦਾਦ ਦੀ ਖਾਂਦਾ ਓਏ ਮੈਂ ਕਿਸੇ ਕੰਜਰ ਦੇ ਆਖਿਆ ਨਹੀਂ ਹਟਣਾ ਤੂੰ ਮੈਨੂੰ ਕੀ ਦਿੰਦਾ ਈ ਕਦੀ ਟਕਾ ਮੇਰੇ ਹੱਥ ਤੇ ਧਰਿਆਏ ਬਣਿਆ ਫਿਰਦਾ ਵੱਡਾ DNA ਤੇ ਅਮਰੀਕ ਚੁੱਪ ਕਰ ਗਿਆ ਭਾਵੇਂ ਉਹਦੀ ਤਨਖਾਹ ਕਰ ਦਿੰਦਾ ਸੀ ਤੇ ਉਹ ਘਰ ਵਿੱਚ ਹੀ ਵਰਤਦੀ ਸੀ ਪਰ ਕਰਤਾਰ ਸਿੰਘ ਨੂੰ ਇਸ ਗੱਲ ਦਾ ਇਤਰਾਜ਼ ਸੀ ਕਿ ਤਨਖਾਹ ਉਹ ਆਪਣੇ ਮਾਂ ਨੂੰ ਦਿੰਦਾ ਏ ਉਸ ਨੂੰ ਕਿਉਂ ਨਹੀਂ ਦਿੰਦਾ ਇਸ ਲਈ ਉਸ ਉਤੇ ਕੋਈ ਉਸ ਦਾ ਕੋਈ ਐਸਾਨ ਨਹੀਂ ਸੀ ਵੇ ਪੁੱਤਾ ਤੇਰੀ ਆਈ ਮੈਂ ਮਰ ਜਾਂਦੀ ਵੇ ਮੈਨੂੰ ਰੋਲਣ ਨੂੰ ਕਿਉਂ ਛੱਡ ਕੇ ਤੁਰ ਗਿਓ ਵੇ ਮੇਰੇ ਛਿੰਦੇ ਆ ਪੁੱਤਾ ਮੰਜੀ ਤੇ ਹੱਡੀਆਂ ਦੀ ਮੁੱਠ ਬਣੀ ਬੁੱਢੜੀ ਦਾਦੀ ਨੇ ਕੀਰਨੇ ਪਾਉਣੇ ਸ਼ੁਰੂ ਕਰਤੇ ਦੂਜੀਆਂ ਮੰਜੀਆਂ ਤੇ ਕੁੜੀਆਂ ਨੇ ਆ ਕੇ ਸਿਸਕਣਾ ਸ਼ੁਰੂ ਕਰਤਾ ਹੈ ਕੰਬਲੀਆਂ ਤੁਸੀਂ ਕਿ ਰੋਂਦਿਆਂ ਜੇ ਤੁਹਾਡੇ ਵੀਰ ਜਿਉਂਦੇ ਰਹਿਣ ਤੁਹਾਨੂੰ ਕਿਸ ਗੱਲ ਦਾ ਘਾਟਾ ਜਗੀਰ ਕੌਰ ਨੇ ਰੋਂਦੀਆਂ ਕੁੜੀਆਂ ਨੂੰ ਬੁੱਕਲ ਵਿੱਚ ਲੈ ਲਿਆ। ਉਹਨਾਂ ਦੀ ਸੁੱਖ ਮੰਗੋ। ਤੁਹਾਨੂੰ ਦੋ ਨੂੰ ਤਾਂ ਉਹ ਵਿਆਹ ਗਿਆ। ਆਹ ਜਿਹੜੀ ਨਿੱਕੀ ਰਹਿੰਦੀ ਐ ਅਜੇ ਤੇ ਆਹ ਫੂਹ ਪਰ ਜਿਹੜਾ ਮੁੰਡਾ ਇਹਦੇ ਵਰਗਿਆਂ ਤਾਂ ਅਜੇ ਤੱਕ ਪਤਾ ਨਹੀਂ ਹੁੰਦਾ ਕਿ ਦਿਨ ਕਦੋਂ ਚੜ੍ਹਦਾ ਏ ਤੇ ਕਦੋਂ ਉਤਰਦਾ ਏ। ਵਿਚਾਰਾ ਉੱਦਣ ਦਾ ਹਾਲਾ ਬਗਰ ਖੁੱਚਾਂ ਤੜਾਉਂਦਾ ਫਿਰਦਾ ਤੇ ਉਹਨਾਂ ਨੂੰ ਹੌਸਲਾ ਦਿੰਦੀ ਉਹ ਆਫਿਸ ਪਈ। ਨੀ ਬੀਬੀ ਸਾਨੂੰ ਆਿਆਂ ਨੂੰ ਸਿਰ ਤੇ ਪਿਆਰ ਦੇ ਕੇ ਕੌਣ ਘੜ ਲਾਇਆ ਕਰੂ ਹਾਏ ਸਾਡੀਆਂ ਰੀਝਾਂ ਕੌਣ ਪੂਰੀਆਂ ਕਰੀਆਂ ਕਰਿਆ ਕਰਿਆ ਕਰੂ ਵੱਡੀ ਕੁੜੀ ਦੀ ਲੇਰ ਨਿਕਲ ਗਈ ਅਮਰੀਕ ਗੁਮਸੂਮ ਹੋਇਆ ਬੈਠਾ ਸੀ ਉਹਦਾ ਜੀ ਕੀਤਾ ਕਿ ਉਹਨਾਂ ਨੂੰ ਚੁੱਪ ਕਰਾਵੇ ਪਰ ਉਸ ਮਹਿਸੂਸ ਕੀਤਾ ਜੇ ਉਹ ਬੋਲਿਆ ਤਾਂ ਉਸ ਦਾ ਰੂਹ ਨਿਕਲ ਜਾਵੇਗਾ ਏਕ ਹੀ ਵਕਤ ਪਾ ਗਿਆ ਉਸ ਦਾ ਪਿਓ ਇਮਾਰਤ ਹੀਠੋਂ ਜਿਵੇਂ ਵੱਡਾ ਥੰਮ ਹੀ ਖਿਸਕ ਗਿਆ ਹੋਵੇ ਤੇ ਸਾਰੀ ਇਮਾਰਤ ਡੋਲ ਰਹੀ ਹੋਵੇ ਉੰਨੇ ਤਾਣਾ ਜਿਹਾ ਹੋ ਕੇ ਫਿਰ ਲੇਟ ਗਿਆ ਧਿਆਨ ਪਾਸੇ ਪਾ ਕੇ ਉਹ ਘੜੀ ਦੁੱਖ ਤੋਂ ਮੁੱਖ ਮੋੜਨਾ ਚਾਹੁੰਦਾ ਸੀ ਪਰਿਵਾਰ ਤੇ ਸਾਰੇ ਜੀ ਵਾਰ-ਵਾਰ ਉਸ ਦੀਆਂ ਨਜ਼ਰਾਂ ਅੱਗੋਂ ਗੁਜ਼ਰਨ ਲੱਗੇ ਜਿਨ੍ਹਾਂ ਦੀ ਜ਼ਿੰਮੇਵਾਰੀ ਉਸ ਦੇ ਸਿਰ ਤੇ ਆ ਪਈ ਸੀ ਭੈਣਾਂ ਨਾਲ ਭਰਾ ਦੇ ਨਾਲ-ਨਾਲ ਪਿਓ ਦੀ ਥਾਂ ਵਰਤਣਾ ਵੀ ਸੀ ਛੋਟੀ ਨੂੰ ਜੋ ਅਜੇ ਪੜਦੀ ਸੀ ਪੜਾਉਣਾ ਸੀ ਵਿਆਹਣਾ ਸੀ ਮਾਂ ਦੇ ਹਰ ਦੁੱਖ ਸੁੱਖ ਦਾ ਖਿਆਲ ਰੱਖਣਾ ਸੀ ਤੇ ਖਿਆਲ ਰੱਖਦਿਆਂ ਹੋਇਆਂ ਵੀ ਉਸਨੇ ਬੜੇ ਇਤਿਹਾਰ ਤੋਂ ਕੰਮ ਲੈਣਾ ਸੀ ਭੈਣਾ ਦੇ ਕਿਸੇ ਕਾਰਜ ਤੇ ਨਾ ਗਿਆ ਤਾਂ ਛੋਟਿਆਂ ਨਾਲੋਂ ਕੋਈ ਵੱਦ ਘਟ ਹੋ ਗਈ ਉਹਨਾਂ ਵੀ ਤੇ ਲੋਕਾਂ ਵੀ ਆਖਣਾ ਸੀ ਵੱਡਾ ਭਰਾ ਹੀ ਐ ਨਾ ਕਿਤੇ ਪਿਓ ਜਿਹਾ ਹੁੰਦਾ ਹੁੰਦਾ ਤਾਂ ਇਸ ਤਰ੍ਹਾਂ ਨਹੀਂ ਸੀ ਹੁੰਦਾ ਮਾਂ ਨੂੰ ਵੀ ਮਹਿਸੂਸ ਨਹੀਂ ਸੀ ਹੋਣ ਦੇਣਾ ਨਹੀਂ ਤਾਂ ਜਨਾਨੀਆਂ ਦੀਆਂ ਕੀਤੀਆਂ ਗੱਲਾਂ ਵਾਰ-ਵਾਰ ਯਾਦ ਆਉਣੀਆਂ ਸਨ ਭੈਣੇ ਤੇਰਾ ਤਾਂ ਰਾਜ ਖੁੱਸ ਗਿਆ ਮਰਜ਼ੀ ਨਾਲ ਅੰਦਰੋਂ ਕੱਢਦੀ ਸੈਂ ਵਰਤਦੀ ਸੈਂ ਹੁਣ ਸੁੱਖ ਨਾਲ ਭਾਵੇਂ ਸੁਲਾਗਾ ਪਰ ਹਰ ਗੱਲੋਂ ਮੁੰਡਿਆਂ ਦੇ ਹੱਥਾਂ ਵੱਲ ਵੇਖੇਗੀ ਸਿਰ ਦੇ ਸਾਈ ਨਾਲ ਤੇਰੀ ਤਾਂ ਸਰਦਾਰੀ ਤੁਰ ਗਈ ਇਸ ਸਾਰੇ ਕੁਝ ਲਈ ਪੈਸੇ ਦੀ ਲੋੜ ਸੀ ਅਮਰੀਕ ਸੋਚਦਾ ਸੀ ਕਿ ਉਹ ਆਪ ਹੁਣ ਵਾਹੀ ਵੱਲ ਧਿਆਨ ਦੇਗਾ ਤਾਂ ਸਾਰੀਆਂ ਲੋੜਾਂ ਪੂਰੀਆਂ ਹੋਣਗੀਆਂ ਢਾਈ ਕਿੱਲੇ ਹੋਰ ਕੁੜੀਆਂ ਦੇ ਵਿਆਹ ਤੇ ਉਸਦੇ ਪਿਓ ਨੇ ਗਹਿਣੇ ਕਰ ਦਿੱਤੇ ਸਨ ਉਸ ਦਾ ਖਿਆਲ ਸੀ ਬਚਦੇ ਪੰਜਾਂ ਛਿਆਂ ਕਿੱਲਾਂ ਵਿੱਚ ਉਹ ਖਾਦ ਆਦ ਪਾ ਕੇ ਫਸਲ ਬੀਜਿਆ ਕਰਨਗੇ ਤਾਂ ਘਰ ਦਾ ਗੁਜ਼ਾਰਾ ਤੁਰ ਪਏਗਾ ਹੁਣ ਉਹ ਸਾਰੀ ਤਨਖਾਹ ਆਪਣੇ ਹੱਥੀ ਵਰਤਿਆ ਕਰੂ ਤੇ ਅੱਗੇ ਤਾਂ ਸਾਰੀ ਤਨਖਾਹ ਖੇਰੂ-ਖੇਰੂ ਹੋ ਜਾਂਦੀ ਸੀ ਉਸ ਨੂੰ ਆਸ ਸੀ ਜੇ ਮਿੰਦਰਵਾਹੀ ਵਿੱਚ ਚੰਗੀ ਤਰ੍ਹਾਂ ਧਿਆਨ ਦੇ ਤਾਂ ਹੌਲੀ-ਹੌਲੀ ਉਹ ਜ਼ਮੀਨ ਵੀ ਛੁੜਵਾ ਲੈਣਗੇ ਸਵੇਰੇ ਉਹ ਨੌਕਰੀ ਤੇ ਤੁਰ ਜਾਣਾ ਸੀ ਉਸਨੇ ਇਸ ਲਈ ਉਸਨੇ ਛੋਟੇ ਪ੍ਰਾਂਵੀਂ ਦਰਨਾਲ ਵਾਹੀ ਦੀ ਗੱਲ ਤੋਰੀ। ਮਿੰਦਰਾ ਤਕੜਾ ਹੋ ਕੇ ਪੈ ਜਾ ਕੰਮ ਨੂੰ। ਮੈਂ ਵੀ ਹਫ਼ਤੇ ਦਸੀ ਦਿਨੀ ਬਾਅਦ ਕਿਹੜਾ ਮਾਰਿਆ ਕਰੂੰ। ਉਹ ਜਿਹੜੀ ਜਿੱਤੇ ਹੋਰਾਂ ਕੋਲ ਪੈਲੀ ਆ ਨਾ ਉਹ ਲਾਈਨ ਵਾਲੇ ਬਚਦੇ ਪੌਣੀ ਕਿੱਲੇ 'ਚ ਪੱਠੇ ਵੀ ਛੱਡੀ ਵਾਹ ਕੇ। ਮੈਂ ਪਰਸੋਂ ਵੇਖ ਆਇਆ। ਉਰਲੀ ਪੈਲੀ 'ਚ ਝੋਨਾ ਲਾਵਾਂਗੇ ਠੀਕ ਹੈ ਕਿ ਨਾ। ਮਿੰਦਰ ਚੁੱਪ ਰਿਹਾ। ਆਕਾਸ਼ ਵਿੱਚ ਤਾਰਿਆਂ ਨੂੰ ਗੂਰਦਾ ਰਿਹਾ ਤੇ ਫਿਰ ਪਾਸਾ ਬਦਲ ਲਿਆ। ਜਿਵੇਂ ਉਹ ਜਾਣ ਬੁਝ ਕੇ ਕੁਝ ਬੋਲਣਾ ਨਾ ਚਾਹੁੰਦਾ ਹੋਵੇ ਅਮਰੀਕ ਫਿਰ ਬੋਲਿਆ ਤਾਂ ਜਗੀਰ ਕੌਰ ਨੇ ਕਿਹਾ ਉਹ ਪੌਣਾ ਕਿਲਾ ਤਾਂ ਪਿਛਲੇ ਸਾਲ ਦਾ ਹੀ ਗਹਿਣੇ ਕਰ ਗਿਆ ਹੋਇਆ ਜਿਹੜਾ ਉਤਲਾ ਆਹੋ ਕਿਉਂ ਉਹਦੀ ਆਵਾਜ਼ ਵਿੱਚ ਗੁੱਸਾ ਸੀ ਆ ਤੇਰੀ ਭੈਣ ਦੀ ਸੱਸ ਦੇ ਘੱਟ ਤੇ ਜਦੋਂ ਗਏ ਸਾਂ ਉਦੋਂ ਮੈਂ ਦੱਬੀ ਆਵਾਜ਼ ਵਿੱਚ ਬੋਲੀ ਅਮਰੀਕ ਨੇ ਸੋਚਿਆ ਹੁਣ ਖਿਜਣ ਦਾ ਕੀ ਫਾਇਦਾ ਪਹਿਲਾ ਆਪ ਘਰ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਜ਼ਮੀਨ ਗਹਿਣੀ ਨਾ ਪਈ ਹੁੰਦੀ ਉਹ ਇਸ ਨੂੰ ਹੋਣੀ ਸਮਝ ਕੇ ਪੀ ਗਿਆ ਤੇ ਪਿੱਛੇ ਪੈਲੀ ਕਿਹੜੀ ਰਹਿ ਗਈ ਫਿਰ ਉਸਨੇ ਜਿਵੇਂ ਖਲਾ ਵਿੱਚੋਂ ਪੁੱਛਿਆ ਪਰ ਕੋਈ ਜਵਾਬ ਨਾ ਆਇਆ ਉਧਰੋਂ ਖਾਦ ਦੇ ਪੈਸੇ ਦੇਣੇ ਆ ਪਤਾ ਨਹੀਂ ਕਿੱਥੇ ਖਾਦ ਪਾਉਂਦੇ ਰਹੇ ਜੇ ਫਸਲ ਤਾਂ ਕਦੀ ਖਾਣ ਜੋਗੀ ਨਹੀਂ ਹੋਈ ਉਹ ਆਪ ਊੜਬੂੜ ਕਰਕੇ ਚੁੱਪ ਕਰ ਗਿਆ ਮਾਤਾ ਅੱਗੇ ਨਗਦ ਪੈਸੇ ਵਟ ਕੇ ਵਰਤ ਲਈ ਸਨ ਖੇਤ 'ਚ ਕਿੱਥੇ ਪਈ ਸੀ ਮਿੰਦਰ ਪਹਿਲੀ ਵਾਰ ਉਹ ਬੋਲਿਆ ਉਹਦੀ ਆਵਾਜ਼ ਵਿੱਚ ਪਤਾ ਨਹੀਂ ਲੱਗਦਾ ਨਿਰਲੇਪਤਾ ਸੀ ਜਾਂ ਕੁੜੱਤਣ ਅਮਰੀਕ ਨੂੰ ਇਹ ਸੁਣ ਕੇ ਅੰਦਰੋਂ ਫਟ ਚੜਿਆ ਮੈਂ ਆਨਾ ਤੁਸੀਂ ਐਨੇ ਪੈਸੇ ਵਰਤਦੇ ਕਿੱਥੇ ਜੇ ਮਾਤਾ ਤੂੰ ਸਭ ਕੁਝ ਸਾਤ ਲੁਕੋਂਦੀ ਰਹੀ ਹੈ ਉਸਦੀ ਆਵਾਜ਼ ਵਿੱਚ ਮਾਂ ਪ੍ਰਤੀ ਤਾਮਾ ਜਿਹਾ ਗੁੱਸਾ ਸੀ ਮੈਂ ਕੀ ਲੁਕੋਂਦੀ ਰਹੀਆਂ ਤੂੰ ਤਾਂ ਘਰ ਦਾ ਖਿਹੜਾ ਹੀ ਛੱਡਿਆ ਹੋਇਆ ਸੀ ਉਮਨ ਮਰਜ਼ੀ ਕਰਦਾ ਸੀ ਉਹਦੇ ਅਮਲ ਦਾ ਇੰਨਾ ਖਰਚਾ ਘਰ ਤੋਂ ਹੀ ਤਾਂ ਤੁਰਦਾ ਸੀ ਤੂੰ ਅਣਜਾਣਤਾ ਨਾ ਬਣ ਉਹ ਦੰਦ ਕੁੱਟੀ ਲੰਮਾ ਪਿਆ ਰਹਾ ਐਨੇ ਪੈਸੇ ਉਹ ਤਾਰੇਗਾ ਕਿਵੇਂ ਵਾਹੀ ਕੀਮੇ ਤੋਰੇਗਾ ਚੋਨੇ ਲਈ ਖਾਦ ਵੀ ਤਾਂ ਚਾਹੀਦੀ ਸੀ ਮੱਖਣ ਸੂ ਵੀ ਇੱਕ ਪਰਨੋਟ ਲਈ ਫਿਰਦਾ ਜੇ ਮੈਨੂੰ ਵਿਖਾਉਂਦਾ ਸੀ ਭਾਈਏ ਨੇ ਉਸ ਤੋਂ 500 ਰੁਪਏ ਵਿਆਜ ਹੀ ਫੜੇ ਹੋਏ ਸਨ ਮੈਨੂੰ ਆਂਦਾ ਸੀ ਤੇਰੇ ਭਰਾ ਨਾਲ 17ਵੀਂ ਤੋਂ ਪਿੱਛੋਂ ਗੱਲ ਕਰੂੰ। ਮਿੰਦਰ ਨੇ ਇੱਕ ਹੋਰ ਗੱਲ ਦਾ ਭੇਤ ਖੋਲਿਆ। ਇੰਜ ਲੱਗਦਾ ਸੀ ਜਿਵੇਂ ਉਸਨੇ ਗੱਲ ਪਟਾਕ ਉਸਦੇ ਮੱਥੇ ਤੇ ਮਾਰੀ ਹੋਵੇ। ਲੋ ਹੋਰ ਸੁਣ ਲੋ ਮੈਂ ਆਨਾ ਸਭ ਪਾਸੇ ਦੇਣਾ ਹੀ ਦੇਣਾ ਹੈ। ਅਮਰੀਕ ਉੱਠ ਕੇ ਬੈਠ ਗਿਆ। ਪਹਿਲਾਂ ਤਾਂ ਗੁੱਸੇ ਵਿੱਚ ਭਰ ਗਿਆ ਫਿਰ ਹੌਲੀ-ਹੌਲੀ ਉਸਦੇ ਮੱਥੇ ਤੇ ਕਸੀਆਂ ਹੋਈਆਂ ਨਾੜਾਂ ਢੀਲੀਆਂ ਹੋ ਗਈਆਂ। ਉਸ ਸੋਚਿਆ ਇਸ ਸਭ ਕੁਝ ਨੂੰ ਪ੍ਰਵਾਨ ਕਰਨਾ ਹੀ ਪੈਣਾ ਸੀ। ਤੇ ਫਿਰ ਉਹ ਫਿੱਕਾ ਜਿਹਾ ਹੱਸ ਕੇ ਬੋਲਿਆ ਉਹ ਬਾਬਾ ਇੱਕੋ ਵਾਰ ਦੱਸ ਦੋ ਕੀ ਦਾ ਕੀ ਦਾ ਕੀ ਕੀ ਦੇਣਾ ਮੈਂ ਹੌਲੀ ਹੌਲੀ ਕਿਉਂ ਲੱਗੇ ਹੋ ਤੇ ਫਿਰ ਉਹ ਬੋਲਿਆ ਨਾਲੇ ਘਰ ਗੁਆਇਆ ਨਾਲੇ ਪਰੂਆ ਖਵਾਇਆ ਲੋਕੀ 100 100 ਗੱਲਾਂ ਕਰਦੇ ਨੇ ਧਰਮ ਨਾਲ ਜੀ ਕਰਦਾ ਧਰਤੀ ਚ ਨਿੱਗਰ ਜਾਈਏ ਜਦੋਂ ਸੁਣੀਦਾ ਕਿ ਉਹ ਪੀ ਕੇ ਉਹ ਮੋੜ ਤੇ ਪਿਆ ਸੀ ਕਦੀ ਉਹ ਮੋੜ ਤੇ ਪਿਆ ਸੀ ਨਮੋਸ਼ੀ ਦੀ ਗੱਲ ਸੁਣਦਿਆਂ ਹੀ ਵੱਡੀ ਕੁੜੀ ਬੋਲੀ ਸੱਚੀ ਭਾਜੀ ਅਸੀਂ ਤੇ ਤੁਹਾਨੂੰ ਦਰਦੇ ਨਹੀਂ ਦੱਸਦੇ ਸਾਂ ਉਦੋਂ ਭਾਈਆ ਤੇ ਹੁਣ ਸੱਚੀ ਪੁੱਠੇ ਕੰਮ ਕਰਨ ਤੇ ਉੱਤਰ ਆਇਆ ਸੀ 2-3 ਮਹੀਨੇ ਹੋਏ ਘਰੋਂ ਪਤੀਲਾ ਚੁੱਕ ਕੇ ਚੈਂਚਲ ਕਲੀ ਵਾਲੇ ਕੋਲ ਵੇਚਣ ਲਈ ਗਿਆ ਅਸੀਂ ਲੱਭਦੇ ਲੱਭਦੇ ਫਿਰਿਏ ਪਿੱਛੋਂ ਪਤਾ ਲੱਗਾ ਫਿਰ ਚੈਂਚਲ ਤੋਂ ਮੋੜ ਕੇ ਲੈ ਕੇ ਆਏ ਸਨ ਪੈਸੇ ਦੇ ਕੇ ਅਮਰੀਕ ਨੂੰ ਇੱਕ ੱੱਕਾ ਜਿਹਾ ਲੱਗਿਆ ਉਸ ਸੋਚਿਆ ਜੇ ਕਿਦਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਕੀ ਮੀ ਮੂੰਹ ਵਿਖਾਉਂਦਾ ਉਹ ਸਕਦਾ ਸੀ ਉਸ ਦਾ ਪਿਓ ਘਰ ਤੋਂ ਪਿੱਛੋਂ ਲੋਕਾਂ ਦੇ ਭਾਂਡੇ ਵੀ ਚੁੱਕਣੇ ਸ਼ੁਰੂ ਕਰ ਦਿੰਦਾ ਤੇ ਸਭ ਕੁਝ ਸੋਚਦਿਆਂ ਉਹ ਜਿਵੇਂ ਨਮੋਸ਼ੀ ਵਿੱਚ ਗਰਕ ਹੁੰਦਾ ਜਾ ਰਿਹਾ ਸੀ ਤੁਸੀਂ ਛੱਡੋ ਉਹਦੀਆਂ ਗੱਲਾਂ ਉਹ ਤਾਂ ਚੈਂਚਲ ਦੀ ਹੱਟੀ 'ਚ ਵੜ ਕੇ ਕਈ ਵਾਰ ਨਸਵਾਰ ਵੀ ਲੈਂਦਾ ਸੀ ਤੇ ਹੁਣ ਤਾਂ ਫੇਮ ਦੀ ਥਾਂ ਨਸ਼ੇ ਦੀਆਂ ਗੋਲੀਆਂ ਜੀਆਂ ਵੀ ਖਾਂਦਾ ਸੀ ਤੇ ਉਹ ਵੀ ਬੀੜਾ ਜਿਹਾ ਵੀ ਲੱਗਦਾ ਸੀ ਮਿੰਦਰ ਦੀ ਇਸ ਗੱਲ ਨੂੰ ਸੁਣ ਕੇ ਅਮਰੀਕ ਨੇ ਸੋਚਿਆ ਚੰਗਾ ਹੋਇਆ ਉਹਦੇ ਪਿਓ ਦੀਆਂ ਗੱਲਾਂ ਉਸ ਕੋਲੋਂ ਲੁਕੀਆਂ ਰਹੀਆਂ ਇੰਜੋ ਸ਼ਰਿਆਮ ਨਹੀਂ ਸੀ ਕਰਦਾ ਇਸ ਲਈ ਹੋ ਸਕਦਾ ਸੀ ਲੋਕਾਂ ਨੂੰ ਵੀ ਨਾ ਪਤਾ ਹੋਵੇ ਇਸ ਗੱਲ ਦਾ ਕਿ ਉਸਦਾ ਪਿਓ ਸ਼ਰਿਆਮ ਭਾਂਡੇ ਚੁੱਕਦਾ ਹੈ ਨਸਵਾਰ ਲੈਂਦਾ ਤੇ ਗੋਲੀਆਂ ਖਾ ਕੇ ਡਿੱਗਦਾ ਰਹਿੰਦਾ ਉਹਨਾਂ ਦੇ ਪਰਿਵਾਰ ਦੀ ਕੋਈ ਇੱਜ਼ਤ ਨਹੀਂ ਰਹਿਣੀ ਸੀ ਭਲਾ ਅੱਗੇ ਵੱਡੀ ਕੁੜੀ ਦਾ ਸਾਖ ਟੁੱਟਣ ਦੀ ਨਮੋਸ਼ੀ ਨੇ ਉਸਦੇ ਜ਼ਮੀਰ ਨੂੰ ਧੁਰ ਅੰਦਰੋਂ ਜ਼ਖਮੀ ਕੀਤਾ ਹੋਇਆ ਸੀ ਕਿਉਂ ਬੀਬੀ ਠੀਕ ਗੱਲ ਐ ਉਸ ਨੂੰ ਭਰੇ ਪਿੱਤੇ ਨੂੰ ਇਤਰਾਜ਼ ਸੀ ਕਿ ਉਹਦੇ ਮਾਂ ਨੇ ਉਸ ਨੂੰ ਰੁਪਏ ਕਰਜ਼ ਚੁੱਕਣ ਜ਼ਮੀਨ ਗਹਿਣੇ ਪਾਉਣ ਤੇ ਇਸ ਤਰ੍ਹਾਂ ਉਹਦੇ ਪਿਓ ਦੀਆਂ ਵਿਗੜੀਆਂ ਆਦਤਾਂ ਬਾਰੇ ਕਿਉਂ ਨਹੀਂ ਸੀ ਦੱਸਿਆ ਠੀਕ ਆ ਹੋਰ ਝੂਠ ਥੋੜਾ ਸਭ ਤੋਂ ਛੋਟੀ ਕੁੜੀ ਬੋਲੀ ਇਸ ਹਿਸਾਬ ਨਾਲ ਤਾਂ ਜਿਹੜੀ 2 ਕਿੱਲੇ ਬਚਦੀ ਸੀ ਜੋ ਜੂਂਦਾ ਰਹਿੰਦਾ ਤਾਂ ਵੀ ਗਹਿਣੇ ਹੋਣੀ ਸੀ ਤੇ ਪਿੱਛੇ ਕੀ ਰਹਿ ਜਾਣਾ ਸੀ ਗੱਲ ਅਮਰੀਕ ਦੀ ਮੂੰਹ ਵਿੱਚ ਹੀ ਸੀ ਕਿ ਮਹਿੰਦਰ ਬੋਲ ਪਿਆ ਪਿੱਛੇ ਰਹਿ ਜਾਣਾ ਸੀ ਠੂੰ ਠੂੰ ਗੋਪਾਲ ਮਹਿੰਦਰ ਗੱਲ ਕਰਕੇ ਫਿੱਕਾ ਜਿਹਾ ਹੱਸਿਆ ਉਹਦੇ ਹਾਸੇ ਵਿੱਚ ਨਾ ਕੋਈ ਖੁਸ਼ੀ ਸੀ ਤੇ ਨਾ ਹੀ ਕੋਈ ਦਰਦ ਅਜੀਬ ਤਰ੍ਹਾਂ ਦਾ ਬੇਰੰਗ ਹਾਸਾ ਹਨੇਰੇ ਵਿੱਚ ਹੀ ਪਰਿਵਾਰ ਦੇ ਹੋਰ ਜੀ ਹੌਲੀ-ਹੌਲੀ ਹੱਸੇ ਇੰਜ ਲੱਗਦਾ ਸੀ ਜਿਵੇਂ ਉਹਨਾਂ ਨੂੰ ਮਹਿੰਦਰ ਦੀ ਆਖੀ ਗੱਲ ਸਰਬਸੰਮਤੀ ਨਾਲ ਪ੍ਰਵਾਨ ਸੀ ਤੇ ਉਹ ਇਸ ਘਰ ਦੇ ਸਾਈਂ ਦੇ ਵੇਲੇ ਸਿਰ ਤੁਰ ਜਾਣ ਤੇ ਜਿਵੇਂ ਸੁਰਖਰੂ ਹੋਏ ਮਹਿਸੂਸ ਕਰ ਰਹੇ ਸਨ ਧੰਨਵਾਦ